ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਸੁਨੇਹੇ ਨੂੰ ਧਿਆਨ ਨਾਲ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਕਿ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫਰੀ ਟਿਫਨ ਸੇਵਾ, ਵਿਧਵਾ ਬੀਬੀਆਂ ਨੂੰ ਫਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਇਸ ਤੋਂ ਇਲਾਵਾ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ, ਗੁਰਦੁਆਰਾ ਸਾਹਿਬ ਦੀ ਉਸਾਰੀ, ਸਰਾਂ ਦੀ ਉਸਾਰੀ, ਇਹ ਸਾਰੇ ਕਾਰਜ ਚੱਲ ਰਹੇ ਨੇ ਅਤੇ ਪਿਤਾ ਜੀ ਨੇ ਸੇਵਾਵਾਂ ਦੇ ਵਿੱਚ ਹੋਰ ਵਾਧਾ ਕੀਤਾ। ਬਟਾਲਾ ਰੋਡ ਅੱਡਾ ਗੋਪਾਲਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਨੂੰ ਤੀਸਰਾ ਯੂਨਿਟ ਬਖਸ਼ਿਆ। ਉੱਥੇ ਸਕੂਲ, ਹਸਪਤਾਲ ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇਹ 20 ਅਪ੍ਰੈਲ ਨੂੰ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੈ। 25,000 ਗਜ਼ ਜਗ੍ਹਾ, ਇਹ 2,500 ਰੁਪਇਆ ਇੱਕ ਗਜ਼ ਦੀ ਸੇਵਾ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਪਿਆਰਿਓ, ਇਹ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣ। ਕਿਸੇ ਬੱਚੇ ਦਾ ਜਨਮ ਦਿਨ ਹੈ, ਕੋਈ ਤੁਹਾਡੀ ਮੈਰਿਜ ਐਨਵਰਸਰੀ ਹੈ, ਕੋਈ ਵੀ ਕਾਰਜ ਹੈ, ਉਸ ਸੰਬੰਧ ਦੇ ਵਿੱਚ ਅਸੀਂ ਕਿੰਨੇ ਕਿੰਨੇ ਪੈਸੇ ਲਾ ਦਿੰਦੇ ਹਾਂ। ਪਰ ਇਹ ਮੇਰੀ ਬੇਨਤੀ, ਘਰ ਵਿੱਚ ਵਿਆਹ ਸ਼ਾਦੀ ਆ ਜਾਏ, ਕਰੋੜਾਂ ਰੁਪਈਏ ਲਾ ਦਿੰਦੇ ਹਾਂ, ਪਰ ਇਹ ਕੋਈ ਵੀ ਖੁਸ਼ੀ ਦਾ ਕਾਰਜ ਹੈ ਨਾ, ਉਸ ਸੰਬੰਧ ਦੇ ਵਿੱਚ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਜ਼ਰੂਰ ਦਿਓ। 1 ਗਜ਼ ਦੀ ਸੇਵਾ, 5 ਗਜ਼ ਦੀ ਸੇਵਾ, 10 ਗਜ਼ ਦੀ ਸੇਵਾ, ਜਿੰਨੀ ਗੁਰੂ ਪਿਤਾ ਜੀ ਨੇ ਤੁਹਾਨੂੰ ਵਿੱਤ ਦਿੱਤੀ ਹੋਈ ਹੈ, ਜ਼ਰੂਰ ਆਪੋ ਆਪਣੀ ਸੇਵਾ। TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਇੰਨੀ ਸੇਵਾ ਅਸੀਂ ਜਮ੍ਹਾਂ ਕਰਵਾਈ ਹੈ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਪਹੁੰਚ ਸਕੇ। ਆਪ ਜੀ ਆਪਣੀ ਸੇਵਾ ਸਾਨੂੰ ਪੇਟੀਐੱਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ। 98 50 99 513 98 150 89 5131 ਨੰਬਰ 'ਤੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਦਿਓ, ਕਿਉਂਕਿ 20 ਅਪ੍ਰੈਲ ਨੂੰ ਸਮੇਂ ਸਿਰ ਰਜਿਸਟਰੀ ਹੋ ਜੇ। ਮੈਂ 113 ਯੂਨਿਟ ਕਹਿੰਦਾ, 113 ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਰਲ ਮਿਲ ਕੇ ਚੱਲਣ ਦਾ ਵਕਤ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਕੀ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਦੇ ਕੰਮਾਂ ਨੂੰ ਸੰਕੋਚ ਕੇ 20 ਅਪ੍ਰੈਲ ਨੂੰ ਜੋ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੋ ਸਕੇ, ਤਾਂ ਜੋ ਸੇਵਾਵਾਂ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤ ਤੱਕ ਇਹ ਮੈਸੇਜ ਪਹੁੰਚੇ ਔਰ ਸੰਗਤ ਵੱਧ ਤੋਂ ਵੱਧ ਇਸ ਕਾਰਜ ਦੇ ਵਿੱਚ, ਭੂਮੀ ਦਾਨ ਦੇ ਵਿੱਚ ਸਹਿਯੋਗ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੰਮ੍ਰਿਤ ਵੇਲੇ ਦੇ ਸਮੇਂ ਗੁਰਦੁਆਰਾ ਧੰਨ ਕੋਠੋਹਾਰ ਸਾਹਿਬ ਮੁੰਬਈ ਸਾਂਤਾ ਕਰੂਜ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀਆਂ ਆਖਦਾ। ਇਸ ਵੇਲੇ ਲਾਹਾ ਖੱਟਣ ਦਾ ਸਮਾਂ ਹੈ, ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ। ਇਉਂ ਕਹਿ ਲਓ ਆਪਣੇ ਗੁਣਾਂ ਬਖਸ਼ਾਉਣ ਦਾ ਸਮਾਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਏਡੀ ਤਗੜੀ ਭਾਵਨਾ ਦੇ ਨਾਲ ਬੈਠੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਆਓ ਸਤਿਗੁਰਾਂ ਨੇ ਦੇ ਅਰੋਗਤਾ ਜੇ ਬਖਸ਼ੀ ਹੋਈ ਹੈ, ਕਿਰਪਾ ਕਰੋ, ਕਮਰ ਕਰ ਲਓ ਸਿੱਧੀ, ਚੌਂਕੜੇ ਮਾਰੋ। ਜਿਨ੍ਹਾਂ ਦੀ ਮਜਬੂਰੀ ਹੈ ਉਹ ਗੱਲ ਵੱਖਰੀ, ਜਿਨ੍ਹਾਂ ਦੀ ਦੇਹ ਅਰੋਗ ਹੈ ਚੌਂਕੜੇ ਮਾਰ ਲਓ, ਕਮਰ ਸਿੱਧੀ ਕਰੋ। ਆਓ ਬੜੇ ਪਿਆਰ ਦੇ ਨਾਲ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੀਏ। ਕੋਈ ਰਸਨਾ ਮੰਜੀ ਨਾ ਰਹੇ, ਸਾਰੀ ਸੰਗਤ ਪਿਆਰ ਨਾਲ ਹਾਜ਼ਰੀ ਲਾਇਓ।
जिथे जिथे भी जगह मिले बैठ के लहा लैण दा जो यतन करे हो, इधर हाल च बैण दी जगह नहीं, थोड़ा थोड़ा अगे अगे आके गोडे उठाओ, संगत नूं बिठाओ, आओ बड़े प्यार च सारे हाजरी लायो जी, कोई रसना मांझी ना लै। निर्भय अ
अकाल मूरत अजूने सैभं गुर प्रसाद जप आद सच जुगाद सच है भी सच नानको से भी एक ओंकार सत नाम करता पुरख निर्भव निर्भय अकाल मूरत अजूने गुर प्रसाद जप आद सच जुगाद सच है भी सच नानक हो सारे सच एक ओंकार सत नाम करता पुरख निर्भव निर्भय काल मूरत अजूने गुर प्रसाद जप आद सच जुगाद सच है भी सच नानक हो सी भी सच एक ओंकार सत नाम करता पुरख निर्भव निर्भय अकाल मूरत अजूने गुर प्रसाद जप आद सच जुगाद सच है भी सच नानक हो सी भी सच धन गुरु रामदास जी मैं तेरा गुरु रामदास जी मैं तेरा धन गुरु रामदास जी मैं तेरा गुरु रामदास जी मैं तेरा मैं तेरा मैं तेरा मैं तेरा तू मेरा मैं तेरा तू मेरा मैं तेरा तू मेरा सेव करंदा ए बैरी मित्र
तेरे सब की नया नह मंगे मंदा लेख कोई न पुछई जा हर बख्शन आनंद पाया सुख पाया मिल गुर गो सबे काज सवारे है जा तुद पावंदा मैं तेरा तू मेरा वाहेगुरु
अमृत वेले दा समय गुरु जी दे कोलों बख्शिशां लैण वास्ते असी सारे दूरों नेड़ों चल के पिता जी दी गोद दे विच पहुंचे हां। आओ बापू जी का उच्चारण किया होया शब्द गुरु अर्जन देव पातशाह जी का गुरु ग्रंथ साहब जी दे 178 और 179 नंबर अंग दे उते अंग जिवें साडे शरीर दे अंग ने, मैं अंग बोल रहा अंक नहीं, पिता जी दे भी अंग ने। गुरु ग्रंथ साहब जी दे 178 179 नंबर अंग दे उते ए शब्द दर्ज, मन मेरे गहो हर नाम का ओला, तुझे ना लगे ताता चोला। बड़े प्यार दे विच सारे ये शब्द गायन करिए। और जेड़े लाइव देख रहे ने इस वेले, मैं सुनिमर बेनती करदा कि ये लिंक वद तो वद शेयर कर दिओ, और जिन्हों भी लिंक भेजो उन्हों फोन करो कि उठ अमृत वेले दा लहा लै, दसा दसा वीआं वीआं नूं ये लिंक शेयर करो। और जेड़े प्यार वाले ने ना इस समय वल वेख के बड़े प्रसन्न होंदे ने कि अमृत वेले गुरु जी की कृपा दे नाल इस स्थान दे उत्ते पैर रखण की जगह नहीं। आखो धन गुरु रामदास जी, धन गुरु रामदास जी। प्यार वालियां जड़ियां गुरमुख रूहां ने ना ये चीज़ वल वेख के बड़िया प्रसन्न होंदियां, बड़िया प्रसन्न। ते मेरी बेनती वध तो वध ये प्रोग्राम का लिंक शेयर करो। आओ आ बैठे जे गुरु रामदास जी, आखो धन गुरु रामदास जी, धन गुरु रामदास जी। ते जिथे गुरु रामदास बैठे बाबा दीप सिंह उन्हां दे चरणां च बैठे ने, ते आओ कृपा करो शब्द दा गायन सारे रल के सिद्धी जी लय दे विच मैं बोलना है, ते सारे मेरे नाल नाल कृपा करो, कोई रसना खाली ना रहे। हर नाम का ओला, हर नाम का ओला, हर नाम का नाम का ओला,
जपत मन होवत सुख नाम जपत
Yeah.
Right.
कोई प्रॉब्लम आवे ना मैं सिर्फ इशारा जिहा देना तां जो ए नाम दी दौत मंगण दे विच वी और सिमरन करन दे विच वी होर मन सड़न लगे बिल्कुल तगड़े होके बहना मेरी बेनती जरा भी नींद नूं कोल ना आउण देना इन्नी मेहनत गुरु जी ने करवाई उठ के आए भी उदम भी कीता जे इत्थे आके झौंकां आउणियां शुरू हो गईयां ते फिर प्यारे ओ खाली मड़ जावांगे बस साफ सांता देना है कोई घर दे विच मुश्किल दा समा हुंदा है ना असी बड़े हीले वसीले करदे हैं बड़े उपाय करदे हैं बड़े लोकां नूं वचोला भी बनाउने हैं साडा ए मसला हल कर दे या करवा दे बड़े तरह दे ढंग अपनाउने हैं तरीके अपनाउने हैं पर महाराज कहिंदे प्यारे आ जरा ओ तरीका भी अपना के वेख जिस तरीके दे नाल तेरे कम ते रास होणगे ही होणगे जेड़ा इस सृष्टि दा मालक है ना वो भी तेरे वस विच आ जाएगा आखो धन गुरु रामदास जी धन गुरु रामदास जी कम ते रास होणगे ही होणगे वो मालक भी तेरे वस च आ जाएगा और एक समा एहो जिहा आएगा कि जिदा तू नाम जपदा है ना जिदी तू बंदगी करदा है जिदा तू हर वेले ध्यान धरदा है एक समा एहो जिहा आ जाएगा तेरी रसना दे उत्ते आके वो घर बना लेगा प्रभ जी बसै साध की रसना तेरी रसना दे उत्ते आके बह जाएगा जिन्हों हर वेले तू याद करदा है सच्ची गल है जदों असी याद करते हैं ना जिन्हों याद करी जाइए खंडे वाले बापू नूं गुरु रामदास नूं याद करी जाइए वाहिगुरु वाहिगुरु करी चलीए एक समा आउंदा है वो जुबान ते आके बह जाता है ते इहो जिहा इनसान हसदिआं सहज सुभाए मजाक विच जिवें भी किसे नूं कोई बचन दे देवे ना जुबान दे उत्ते बैठा सतगुरु सतगुरु नूं फिर ओहदा हर हाल दे विच बचन पकाउणा पैंदा है आखो वाहिगुरु जी वाहिगुरु जी पकाउणा पै जांदा है हर हाल विच बचन बाबा फरीद जी ने बंदगी कर रहे जुड़े ने बंदगी दे विच ते चिड़ियां ना ची ची कर रहीआं बड़ी आवाज आवे चिड़ियां दी ते उस वेले ना बाबा फरीद जी दे मुखों सहजे निकलिआ इह पहली अवस्था सी बाबा फरीद जी पता की कहिंदे कहिण लगे साडे नाम जपण दे विच चिड़ियो रुकावट पा रहीआं जे चिड़ियो मर जो जदों इन्नी गल कही ना एक एक करके चिड़ियां ने मरना शुरू करता फरीद साहब कहिंदे गल बण गई असी कहिआ नाल ही इह मरन लग पईआं
ਕਹਿੰਦੇ ਚਿੜੀਓ ਜੀਪੋ ਜਦੋਂ ਚਿੜੀਆਂ ਬਾਬਤ ਇਹ ਬਚਨ ਕੀਤਾ ਮਰੀਆਂ ਵੀ ਜੀਉਣ ਲੱਗ ਪਈਆਂ ਫਰੀਦ ਸਾਹਿਬ ਦੇ ਅੰਦਰ ਇਸ ਗੱਲ ਨੂੰ ਲੈ ਕੇ ਨਾ ਥੋੜੀ ਜਿਹੀ ਹਉਮੈ ਆ ਗਈ ਕਿ ਰੱਬ ਮਿਲ ਗਿਆ ਵੇਖੋ ਜ਼ਬਾਨ ਦੇ ਉੱਤੇ ਪਰਮੇਸ਼ਰ ਬਹਿ ਵੀ ਜਾਵੇ ਬੰਦਾ ਤਾਂ ਵੀ ਦਮ ਨਾ ਮਾਰੇ ਤਾਂ ਵੀ ਵੱਡੇ ਬੋਲ ਨਾ ਬੋਲੇ ਜਰ ਕੇ ਰੱਖੇ ਜਰ ਕੇ ਕਮਾਈ ਵਾਲੀਆਂ ਰੂਹਾਂ ਮੈਂ ਐਸੀਆਂ ਐਸੀਆਂ ਵੇਖੀਆਂ ਉਹਨਾਂ ਨੂੰ ਸਭ ਪਤਾ ਕੀ ਹੋਇਆ ਕੀ ਹੋ ਰਿਹਾ ਕੀ ਹੋਣ ਵਾਲਾ ਸਭ ਪਤਾ ਪਰ ਸਭ ਕੁਝ ਹੋਣ ਦੇ ਬਾਵਜੂਦ ਜਰ ਕੇ ਬੈਠੀਆਂ ਹੁੰਦੀਆਂ ਜਰ ਕੇ ਕਿਉਂ ਰੱਬ ਦੀਆਂ ਸ਼ਰੀਕ ਨਹੀਂ ਬਣਦੀਆਂ ਉਹ ਰੂਹਾਂ ਪਤਾ ਹੈ ਸਹਿਜ ਸੁਭਾਏ ਕੋਈ ਗੱਲ ਪ੍ਰਗਟ ਹੋ ਜੇ ਪਰ ਜਾਣ ਬੁੱਝ ਕੇ ਭੇਤ ਨਹੀਂ ਦੇਣਗੀਆਂ ਉਹ ਰੂਹਾਂ ਸਾਈਡ ਸਾਈਡ ਤੋਂ ਇਸ਼ਾਰੇ ਜੇ ਦੇ ਦੇਣਗੀਆਂ ਬਈ ਤੂੰ ਇੱਥੇ ਬੈਠਾ ਹੈ ਪਰ ਆਹ ਕਾਰਜ ਤੂੰ ਕਰਨਾ ਜਾਂ ਆਹ ਕਰਕੇ ਆਇਆ ਵੇਖ ਲੈ ਸਾਈਡ ਸਾਈਡ ਤੋਂ ਇਸ਼ਾਰੇ ਜੇ ਹੋ ਜਾਂਦੇ ਨੇ ਪਰ ਡਾਇਰੈਕਟਲੀ ਨਹੀਂ ਉਹਦੇ ਸ਼ਰੀਕ ਨਹੀਂ ਬਣਨਾ ਆਖੋ ਧੰਨ ਗੁਰੂ ਰਾਮਦਾਸ ਹੁਣ ਫਰੀਦ ਸਾਹਿਬ ਕਹਿੰਦੇ ਤੇ ਗੱਲ ਬਣ ਗਈ ਹੁਣ ਤੁਰੇ ਜਾ ਰਹੇ ਕੀ ਵੇਖਦੇ ਨੇ ਇੱਕ ਬੀਬੀ ਨਾ ਥੋੜੀ ਦੂਰੀ ਤੇ ਨਲ ਚੱਲ ਰਿਹਾ ਥੱਲੇ ਮਟਕਾ ਰੱਖਿਆ ਤੇ ਉਹ ਜਿਹੜਾ ਪਾਣੀ ਇਹਨਾਂ ਮਟਕੇ ਵਿੱਚ ਨੱਕੋ ਨੱਕ ਭਰ ਗਿਆ ਤੇ ਭਰਨ ਤੋਂ ਬਾਅਦ ਬਾਹਰ ਡੁੱਲੀ ਜਾ ਰਹੀ ਮੈਂ ਸਿਰਫ ਇਸ਼ਾਰਾ ਜਿਹਾ ਦੇਣਾ ਫਰੀਦ ਸਾਹਿਬ ਕਹਿੰਦੇ ਮੈਨੂੰ ਪਿਆਸ ਲੱਗੀ ਪਾਣੀ ਪਿਆ ਉਹਨੇ ਇਗਨੋਰ ਕਰਤਾ ਬੀਬੀ ਨੇ ਦੂਜੀ ਵਾਰੀ ਕਹਿੰਦੇ ਤੀਜੀ ਵਾਰੀ ਕਹਿੰਦੇ ਇੰਨਾ ਪਾਣੀ ਤੂੰ ਖਰਾਬ ਕਰ ਰਹੀ ਹੈ ਮੈਨੂੰ ਪਿਆਸ ਲੱਗੀ ਮੈਨੂੰ ਪਤਾ ਕੀ ਕਹਿੰਦੀ ਬੀਬੀ ਅੱਗੋਂ ਕਹਿੰਦੀ ਫਰੀਦ ਇਹ ਕੋਈ ਚਿੜੀਆਂ ਨਹੀਂ ਜਿਹੜੀਆਂ ਤੂੰ ਕਹੇਗਾ ਮਰ ਜਾਓ ਤੇ ਮਰ ਜਾਣਗੀਆਂ ਜੀ ਪਾਓ ਤੇ ਜੀ ਪੈਣਗੀ ਇਹ ਚਿੜੀਆਂ ਨਹੀਂ ਮੇਰੀ ਭੈਣ ਦੇ ਘਰ ਨੂੰ ਲੱਗੀ ਹੈ ਅੱਗ ਇਹ ਜਿਹੜਾ ਪਾਣੀ ਬਾਹਰ ਵਗਦਾ ਵੇਖ ਰਿਹਾ ਨਾ ਮੈਂ ਕੁਝ ਹੋਰ ਨਹੀਂ ਕਰ ਰਹੀ ਆਪਣੀ ਭੈਣ ਦੇ ਘਰ ਜਿਹੜੀ ਅੱਗ ਲੱਗੀ ਅੱਗ ਬੁਝਾ ਰਹੀ ਹੈ ਉਹ ਹੋਰ ਉੱਚੀ ਅਵਸਥਾ ਤੇ ਪਹੁੰਚੀ ਸੀ ਫਰੀਦ ਸਾਹਿਬ ਦਾ ਮਨ ਥੋੜਾ ਜਿਹਾ ਨੀਵਾਂ ਹੋ ਗਿਆ ਉਹ ਮੈਂ ਕਹਿੰਦਾ ਸਾਂ ਜ਼ਬਾਨ ਤੇ ਪਰਮੇਸ਼ਰ ਆ ਗਿਆ ਗੱਲ ਬਣ ਗਈ ਪਰ ਇਹ ਤੇ ਬੜੀ ਅੱਗੇ ਜੇ ਉਹਦੇ ਕੋਲੋਂ ਪੁੱਛਿਆ ਭੈਣ ਤੈਨੂੰ ਇਹ ਅਵਸਥਾ ਕਿੱਥੋਂ ਮਿਲੀ ਏਡੀ ਵੱਡੀ ਅੱਜ ਗੱਲ ਪਕੜਿਓ ਰਾਤ ਵਾਲੀ ਗੱਲ ਆ ਜਾਏਗੀ ਉਹ ਭੈਣ ਉਹ ਬੀਬੀ ਪਤਾ ਕੀ ਕਹਿੰਦੀ ਕਹਿਣ ਲੱਗੀ ਇਸ ਅਵਸਥਾ ਤੇ ਮੈਂ ਪਹੁੰਚੀ ਹਾਂ ਆਪਣੇ ਪਤੀ ਦੀ ਸੇਵਾ ਕਰ ਕਰਕੇ ਆਪਣੇ ਪਤੀ ਦੀ ਰੱਬ ਰੂਪ ਪਤੀ ਦੀ ਮੈਂ ਸੇਵਾ ਕੀਤੀ ਸੇਵਾ ਕਰ ਕਰਕੇ ਇਸ ਅਵਸਥਾ ਤੇ ਪਹੁੰਚ ਗਈ ਹਾਂ ਵੇਖੋ ਮੈਂ ਇੱਕ ਬੇਨਤੀ ਕਰਦਾ ਜਿੰਨੇ ਵੀਰ ਬੈਠੇ ਹੋ ਨਾ ਮੰਨ ਲਓ ਸਾਡੀ ਬੰਦਗੀ ਘੱਟ ਇੱਕ ਐਗਜ਼ਾਮਪਲ ਦੇ ਦਾਂ ਸਾਡੀ ਘਰ ਵਾਲੀ ਦੀ ਬੰਦਗੀ ਜ਼ਿਆਦਾ ਹੈ ਤੁਸੀਂ ਉਹਦੇ ਰਸਤੇ 'ਚ ਕਦੀ ਰੁਕਾਵਟ ਨਹੀਂ ਬਣ ਰਹੇ ਉਹਨੂੰ ਦੇ ਰਹੇ ਹੋ ਸਪੋਰਟ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਜਿੰਨੀ ਕਮਾਈ ਤੇਰੀ ਪਤਨੀ ਕਰੇਗੀ ਨਾ ਪੰਜਾਵਾਂ ਖਿੱਸਾ ਅੱਧਾ ਖਿੱਸਾ ਤੇਰੀ ਝੋਲੀ ਵਿੱਚ ਆਟੋਮੈਟਿਕ ਉਹਦੇ ਗੁਣ ਉਹਦੇ ਪੁੰਨ ਪਈ ਜਾਣਗੇ ਇਹਦੇ ਉਲਟ ਜੇ ਕੋਈ ਪਤੀ ਨਾਮ ਜਪਦਾ ਪਤਨੀ ਸਪੋਰਟ ਹੀ ਦਿੰਦੀ ਹੈ ਨਾ ਰੋਕਦੀ ਨਹੀਂ ਵਿਘਨ ਨਹੀਂ ਪਾਉਂਦੀ ਹੁਣ ਜੇ ਕੋਈ ਥਾਣੇਦਾਰ ਬਣ ਜਾਏ ਘਰ ਵਾਲੀ ਨੂੰ ਸਾਰੇ ਥਾਣੇਦਾਰ ਨਹੀਂ ਕਹਿਣ ਲੱਗਦੀ ਬਣ ਗਈ ਨਾ ਬਣ ਗਈ ਵੇਖੋ ਵੇਖੋ ਪਤਨੀ ਨੇ ਸਪੋਰਟ ਦਿੱਤੀ ਆਪਣੇ ਪਤੀ ਨੂੰ ਰੋਕਿਆ ਨਹੀਂ ਨਾਮ ਜਪਣ ਤੋਂ ਬੰਦਗੀ ਕਰਨ ਤੋਂ ਜਿਹੜੀ ਅੱਧੀ ਕਮਾਈ ਦਾ ਹਿੱਸਾ ਹੈ ਨਾ ਉਹ ਪਤਨੀ ਦੀ ਝੋਲੀ ਵਿੱਚ ਪੈਣ ਲੱਗ ਜਾਂਦਾ ਹੈ ਇੰਨੇ ਪੁੰਨ ਵੱਧ ਜਾਂਦੇ ਕਦੀ ਵੀ ਰੋਕਿਆ ਨਾ ਕਰੋ ਕੌੜੇ ਬੋਲਣੀ ਸਪੋਰਟ ਦੇਣੀ ਇੱਕ ਦੂਜੇ ਨੂੰ ਗੁਰੂ ਜੀ ਦੀ ਬੇਰ ਖੈਰ ਉਹ ਕੀ ਕਹਿੰਦੀ ਇਹ ਅਵਸਥਾ ਮੈਨੂੰ ਮਿਲੀ ਹੈ ਆਪਣੇ ਪਤੀ ਦੀ ਸੇਵਾ ਕਰ ਕਰਕੇ ਫਰੀਦ ਸਾਹਿਬ ਦਾ ਮਨ ਨੀਵਾਂ ਹੋ ਗਿਆ ਉਹ ਮੈਂ ਕਹਿੰਦਾ ਸਾ ਰੱਬ ਮਿਲ ਗਿਆ ਪਰ ਇਹ ਤੇ ਪਰੇ ਦੀ ਬਾਤ ਹੈ ਮੈਂ ਗੱਲ ਕਰ ਰਿਹਾ ਜਿਹਨੂੰ ਹਰ ਵੇਲੇ ਯਾਦ ਕਰਦੇ ਉਹ ਨਾ ਜ਼ੁਬਾਨ ਤੇ ਬਹਿ ਜਾਂਦਾ ਹੈ ਤੇ ਜਦੋਂ ਉਹ ਬਹਿ ਜੇ ਜ਼ੁਬਾਨ ਤੇ ਵਾਰਾਂ ਸਰਾਪਾਂ 'ਚ ਨਹੀਂ ਪੈ ਜਾਈਦਾ ਇੱਕ ਦਾ ਸਵਾਰਿਆ ਦੂਜੇ ਦਾ ਵਿਗਾੜਤਾ ਨਹੀਂ 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 ਫਿਰ ਵੀ ਜਰ ਕੇ ਰੱਖਣਾ ਹੈ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਭੇਤ ਨਹੀਂ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਹਨੂੰ ਯਾਦ ਕਰਦੇ ਹੋ ਨਾ ਗੁਰੂ ਰਾਮਦਾਸ ਜੀ ਨੂੰ ਹਰ ਵੇਲੇ ਮੈਂ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਕਹਿੰਦਾ ਇਹੋ ਜਿਹੀਆਂ ਰੂਹਾਂ ਮੈਂ ਵਿਖਾ ਸਕਦਾ ਗ੍ਰਿਸਤੀ ਨੇ ਆਮ ਇਨਸਾਨ ਲੋਕ ਕਹਿੰਦੇ ਜੀ ਇਹ ਤੇ ਆਮ ਬੰਦੇ ਪਰ ਉਹਨਾਂ ਦੀ ਜ਼ੁਬਾਨ ਤੇ ਗੁਰੂ ਰਾਮਦਾਸ ਬਹਿ ਚੁੱਕੇ ਨੇ ਇਹੋ ਜਿਹੇ ਪਿਆਰੇ ਮੈਂ ਤੁਹਾਨੂੰ ਵਿਖਾ ਸਕਦਾ ਵੇਖੋ ਜਿਹਨੂੰ ਯਾਦ ਕਰਦੇ ਉਹਨਾਂ ਜਿਹਦਾ ਨਾਮ ਜਪਦੇ ਜ਼ੁਬਾਨ ਤੇ ਬਹਿ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਿ ਸੰਗਤ ਜੀ 20 ਤਰੀਕ ਆ ਰਹੀ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ
ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੁੰਦੇ ਹਾਂ ਸ਼ੁਕਰਾਨਾ ਸਮਾਗਮ ਵਾਸਤੇ। ਇਸ ਵਾਰ ਦਾ ਇਹ ਸ਼ੁਕਰਾਨਾ ਸਮਾਗਮ ਰਾਤ ਨੂੰ 7 ਤੋਂ 9:30 ਵਜੇ ਤੱਕ ਜੋ ਹੋਏਗਾ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਤਕਰੀਬਨ 6:30 ਵਜੇ ਤੱਕ ਸਾਰਿਆਂ ਨੇ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਪਹੁੰਚ ਜਾਣਾ, ਜੋ ਕਿ ਬਾਬਾ ਅਟਲ ਰਾਏ ਸਾਹਿਬ ਦੇ ਬਿਲਕੁਲ ਨਾਲ, ਸਾਰੀਆਂ ਸੰਗਤਾਂ ਨੂੰ ਪਤਾ। ਔਰ 20 ਤਰੀਕ ਅਸੀਂ ਇਸ ਵਾਸਤੇ ਪ੍ਰੋਗਰਾਮ ਕਰਦੇ ਹਾਂ ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ ਉਹਨੂੰ ਸਮਰਪਿਤ ਕਰਕੇ। ਔਰ ਮੈਂ ਕਈ ਵਾਰੀ ਇਹ ਚੀਜ਼ ਕਹਿੰਦਾ ਹੁੰਦਾ, ਜਿਹੜੇ 20 ਤਰੀਕ ਨੂੰ ਆ ਕੇ ਹਾਜ਼ਰੀਆਂ ਭਰਦੇ ਨੇ ਉਹਨਾਂ ਦੇ ਘਰਾਂ ਵਿੱਚ ਕਦੀ ਵੀ ਲੰਗਰਾਂ ਦੀ ਤੋਟ ਨਹੀਂ ਆਉਂਦੀ, ਕਿਉਂਕਿ ਇਹ ਬੜਾ ਵੱਡਾ ਤਲਖ ਹੈ। ਲੰਗਰ ਕਾਹਦੇ ਨਾਲ ਪੱਕਣਾ? ਜੋ ਬਾਲਣ ਦੇ ਨਾਲ ਜਾਂ ਗੈਸ ਦੇ ਉੱਤੇ, ਉਹ ਗੈਸ ਕਿੱਥੋਂ ਆਏਗੀ? ਜਦੋਂ ਅਸੀਂ ਪੈਸੇ ਖਰਚ ਕਰਾਂਗੇ ਪੈਸੇ ਕਿੱਥੋਂ ਆਉਣਗੇ? ਜਦੋਂ ਅਸੀਂ ਕੰਮ ਕਾਰ ਕਰਾਂਗੇ, ਇਹ ਬੜਾ ਵੱਡਾ ਇੱਕ ਤਲਖ ਹੈ। ਮੇਰੀ ਬੇਨਤੀ ਹੈ, ਤੁਹਾਡੇ ਘਰਾਂ 'ਚ ਬਰਕਤਾਂ ਪੈਣਗੀਆਂ ਹੀ ਪੈਣਗੀਆਂ ਜਦੋਂ ਆ ਕੇ ਅਸੀਂ 20 ਤਰੀਕ ਨੂੰ ਹਾਜ਼ਰੀਆਂ ਭਰਾਂਗੇ। ਮੇਰੀ ਬੇਨਤੀ ਹੈ ਪਿਆਰਿਓ, ਭੁੱਲਿਓ ਨਾ, 20 ਤਰੀਕ ਨੂੰ 6:30 ਵਜੇ ਤੱਕ ਸਾਰਿਆਂ ਨੇ ਪਹੁੰਚ ਜਾਣਾ। 7 ਤੋਂ 9:30 ਵਜੇ ਤੱਕ ਇਹ ਸਮਾਗਮ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। ਔਰ ਇਹ ਪ੍ਰੋਗਰਾਮ ਯੂਟਿਊਬ ਚੈਨਲ 'ਤੇ, ਜੋ ਸਾਡਾ ਓਫੀਸ਼ੀਅਲ ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਸ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗਤ ਜੀ, ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਰਾਮ ਤੀਰਥ ਰੋਡ 'ਤੇ 1 ਨੰਬਰ ਯੂਨਿਟ, 2 ਨੰਬਰ ਯੂਨਿਟ ਔਰ ਬਟਾਲਾ ਰੋਡ 'ਤੇ 3 ਨੰਬਰ ਯੂਨਿਟ, ਇਹ ਸਾਰੇ ਕਾਰਜ ਸੇਵਾਵਾਂ ਦੇ ਚੱਲ ਰਹੇ ਨੇ। ਸਾਰੇ ਪਰਿਵਾਰਕ ਮੈਂਬਰਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ, ਸਭ ਨੂੰ ਪਤਾ ਹੈ। ਮੈਂ ਜਿਹੜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮੈਨੂੰ ਬਹੁਤ ਸਾਰੇ ਸੰਗਤਾਂ ਦੇ ਸੁਨੇਹੇ ਆਉਂਦੇ ਨੇ, ਬਹੁਤ ਸਾਰੇ ਪ੍ਰੇਮੀ ਮਿਲਦੇ, ਜੀ ਸਾਡੇ ਇਲਾਕੇ ਵਿੱਚ ਵੀ ਤੁਸੀਂ ਇਹੋ ਜਿਹਾ ਸਕੂਲ ਖੋਲ੍ਹੋ, ਇਹੋ ਜਿਹਾ ਹਸਪਤਾਲ ਖੋਲ੍ਹੋ ਜਿਵੇਂ ਰਾਮ ਤੀਰਥ ਰੋਡ 'ਤੇ ਚੱਲ ਰਿਹਾ। ਅਤੇ ਮੇਰੀ ਬੇਨਤੀ ਪਿਆਰਿਓ, ਜੇ ਅਸਲੀਅਤ ਦੇ ਵਿੱਚ ਤੁਹਾਡੇ ਅੰਦਰ ਪੰਥ ਦਾ ਦਰਦ ਹੈ, ਅਸਲੀਅਤ ਦੇ ਵਿੱਚ ਜੇ ਚਾਹੁੰਦੇ ਹੋ ਕਿ ਇਹ ਪ੍ਰਚਾਰ ਹਰ ਘਰ ਦੇ ਵਿੱਚ ਫੈਲੇ, ਪਿੰਡਾਂ ਪਿੰਡਾਂ ਵਿੱਚ, ਸ਼ਹਿਰਾਂ ਸ਼ਹਿਰਾਂ ਵਿੱਚ, ਨਗਰਾਂ ਨਗਰਾਂ ਦੇ ਵਿੱਚ ਇਹ ਚੀਜ਼ ਫੈਲੇ, ਤੁਹਾਡੇ ਕੋਲ ਕੋਈ ਵੀ ਜ਼ਮੀਨ, ਕੋਈ ਵੀ ਇੱਦਾਂ ਖੇਤ ਪਏ ਹੋਣ, ਕੋਈ ਜ਼ਮੀਨ ਪਈ ਹੋਵੇ, ਆਪ ਜੀ ਉਹ ਜ਼ਮੀਨ, ਤੁਹਾਡਾ ਕੰਮ ਇੰਨਾ ਹੀ ਹੈ ਕਿ ਉਹ ਜ਼ਮੀਨ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਨਾਮ ਕਰਵਾਉਣੀ ਹੈ, ਅੱਗੋਂ ਉਸ ਜਗ੍ਹਾ ਦੇ ਉੱਤੇ ਸਕੂਲ ਬਣਾਉਣਾ, ਹਸਪਤਾਲ ਬਣਾਉਣਾ, ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਆਹ ਚੀਜ਼ਾਂ ਬਣਾਉਣੀਆਂ, ਇਹ ਫਿਰ ਟਰੱਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਮੇਰੀ ਬੇਨਤੀ, ਪੰਥ ਦਰਦੀ ਗੱਲਾਂ ਦੇ ਨਾਲ ਨਾ ਬਣੀ ਹੈ, ਜੇ ਅਸਲੀਅਤ ਦੇ ਵਿੱਚ ਪੰਥ ਦਾ ਦਰਦ ਹੈ ਨਾ, ਤਾਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਤੁਹਾਡੇ ਕੋਲ ਕਿਸੇ ਵੀ ਢੰਗ ਦੀ ਕੋਈ ਜ਼ਮੀਨ ਹੈ ਜਿਹੜੀ ਤੁਸੀਂ ਦਾਨ ਵਿੱਚ ਦੇਣਾ ਚਾਹੁੰਦੇ ਹੋ, ਕਿ ਤੁਹਾਡੇ ਅੰਦਰ ਇਹ ਤੜਪ ਹੈ ਕਿ ਸਾਡੇ ਇਲਾਕੇ ਦੇ ਵਿੱਚ ਹੋਰ ਤਰੱਕੀ ਹੋਵੇ, ਤਾਂ ਆਓ, ਇਹ ਮੌਕਾ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ। ਗੱਲਾਂ ਬਾਤਾਂ ਦੇ ਨਾਲ ਤਾਂ ਬੜਾ ਸਮਾਂ ਅਸੀਂ ਲੰਘਾ ਦਿੱਤਾ, ਆਓ ਹੁਣ ਇਕੱਠੇ ਮਿਲ ਕੇ ਚੱਲੀਏ। ਗੁਰਦੁਆਰੇ ਸਾਡੇ ਪਿੰਡਾਂ ਵਿੱਚ, ਨਗਰਾਂ ਵਿੱਚ, ਸ਼ਹਿਰਾਂ ਵਿੱਚ ਬਹੁਤ ਨੇ, ਬਣਨੇ ਵੀ ਚਾਹੀਦੇ ਨੇ। ਔਰ ਆਲੀਸ਼ਾਨ ਤੋਂ ਆਲੀਸ਼ਾਨ ਇਮਾਰਤਾਂ ਗੁਰੂ ਘਰਾਂ ਦੀਆਂ ਹੋਣ, ਸੰਗਤਾਂ ਉੱਥੇ ਬਹਿ ਕੇ ਕਥਾ ਕੀਰਤਨ ਦੇ ਲਾਭ ਲੈਣ, ਇਹ ਚੀਜ਼ਾਂ ਵੀ ਚਾਹੀਦੀਆਂ ਨੇ। ਪਰ ਪਿਆਰਿਓ, ਕਦੀ ਗੌਰ ਕਰਨਾ, ਤੁਸੀਂ ਇਹ ਨਹੀਂ ਚਾਹੁੰਦੇ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਸਕੂਲ ਖੁੱਲ੍ਹੇ, ਜਿਸ ਸਕੂਲ ਦੇ ਵਿੱਚ ਬੱਚੇ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਿਕ ਪੜ੍ਹਾਈ ਕਰਨ, ਅਤੇ ਸਾਰਾ ਪਰਿਵਾਰ ਉਸ ਅਧਿਆਤਮਿਕਤਾ ਦੀ ਪੜ੍ਹਾਈ ਨੂੰ ਕਰਕੇ ਗੁਰੂ ਘਰ ਦੇ ਨਾਲ ਜੁੜ ਜਾਵੇ। ਇੱਕ ਗੁਰਦੁਆਰਾ ਕੀ, ਘਰ ਘਰ ਹੀ ਗੁਰਦੁਆਰਾ ਬਣ ਜਾਵੇ। ਇਸ ਮੁਹਿੰਮ ਦੇ ਵਿੱਚ ਮੈਂ ਬੇਨਤੀ ਕਰਦਾ, ਸਾਰੇ ਜਣੇ ਸ਼ਾਮਲ ਹੋਵੋ। ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਕੋਈ ਜਗ੍ਹਾ ਹੈ, ਆਪ ਜੀ ਨੇ ਟਰੱਸਟ ਦੇ ਨਾਮ ਕਰਵਾਉਣੀ, ਉਸ ਤੋਂ ਬਾਅਦ ਫਿਰ ਤੁਹਾਡੇ ਟਰੱਸਟ ਦੀ ਜ਼ਿੰਮੇਵਾਰੀ ਹੋਏਗੀ ਉੱਥੇ ਸਕੂਲ, ਚੰਗੇ ਹਸਪਤਾਲ ਬਣਾਉਣ ਦੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਆਓ ਭੂਮੀ ਦਾਨ ਕਰਕੇ, ਇਹ ਸਹਿਯੋਗ ਕਰਕੇ, ਆਪਣੇ ਪੰਜਾਬ ਦੀ ਹੋਰ ਤਰੱਕੀ ਦੇ ਲਈ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।